ਤਰ੍ਹਾਂ ਦੇਖਦੇ ਹੋ ਬਹੁਤ ਜ਼ਬਰਦਸਤ ਟੱਕਰ ਸੀਗੀ, ਡੱਬੇ ਇੰਜਣ ਇੱਕ ਦੂਜੇ ਦੇ ਉੱਪਰ ਚੜੇ ਪਏ ਨੇ। ਉਸ ਟਾਈਮ ਮੈਂ ਖੜਾਕਾ ਹੀ ਹੋਇਆ ਬਹੁਤ ਜ਼ਿਆਦਾ। ਇਹ ਪਰਸੋਂ ਵੀ ਇੱਕ ਦਿਨ ਟ੍ਰੇਨ ਉੱਤਰ ਗਈ ਸੀ ਉੱਥੇ ਪਿੱਛੇ ਥੋੜ੍ਹੀ ਜੀ, ਪਰੜੀ ਤੋਂ ਥੱਲੇ ਉੱਤਰੀ ਸੀ। ਖੜਾਕਾ ਕਿੰਨਾ ਕੁ ਹੋਇਆ? ਖੜਾਕਾ ਤਾਂ ਬਹੁਤ ਜ਼ਿਆਦਾ ਹੋਇਆ, ਕਿਰਦਾ ਪੂਰੇ ਜ਼ੋਰ ਨਾਲ ਚੰਗੇ ਜ਼ੋਰ ਨਾਲ ਵੱਜੀ ਹੈ ਵੀ ਚੀਜ਼। ਪਰ ਬਚਾ ਰਹਿ ਗਿਆ, ਅਤੇ ਪਿੱਛੋਂ ਸਵਾਰੀ ਟ੍ਰੇਨ ਵੀ ਆਉਂਦੀ ਸੀ, ਇੱਧਰ ਵੀ ਆ ਰਹੀ ਸੀ, ਚਲੋ ਕੁਦਰਤੀ ਖੜ ਗਈਆਂ। ਉਸ ਟਾਈਮ ਲੋਕਲ ਤਾਂ ਹੈਗਾ, ਇੱਥੋਂ ਪਹੁੰਚ ਪੁੱਜ ਗਏ ਸਾਰੇ, ਡਰਾਈਵਰ ਸੀ ਉਹਨਾਂ ਨੂੰ ਲੈ ਲੂ ਗਏ ਸੀ। ਠੀਕ ਸੀਗੇ, ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ? ਨਹੀਂ ਨਹੀਂ, ਬਚਾਏ। ਉਹਦਾ ਪੁਲਤੋਰਾ ਜਿਹੜਾ ਇਹਦਾ ਇਲੈਕਟ੍ਰਿਕ ਦਾ ਉਹ ਕਨੈਕਸ਼ਨ ਕੱਟਿਆ ਗਿਆ, ਤਾਂ ਕਰਕੇ ਰੋਕੀ ਉਹ, ਨਹੀਂ ਤਾਂ ਉਹ ਆ ਕੇ ਵੱਜਣੀ ਸੀ ਵਿੱਚ। ਹਾਂ ਉਹ ਇਹਨਾਂ ਨੇ, ਹਾਂ ਹਾਂ 2 ਦਿਨ ਪਹਿਲਾਂ ਹੋਇਆ। ਅੱਛਾ, ਉਦੋਂ ਵੀ ਕਹਿੰਦੇ ਪਟੜੀ ਤੋਂ ਉਤਰ ਗਈ ਸੀ ਮਾਲ ਗੱਡੀ ਦੇ। ਠੀਕ ਹੈ, ਜੇ ਉਹ ਅਣਗਹਿਲੀ ਹੋਈ ਇਹਨਾਂ ਦੀ ਜਦੋਂ 2 ਦਿਨ ਪਹਿਲਾਂ ਹੋਇਆ, ਤੁਸੀਂ ਇਹਨਾਂ ਨੂੰ ਵੀ ਚੈੱਕ ਕਰੋ ਅੱਗੇ ਆਪਣਾ। ਜੇ ਮਾਲ ਗੱਡੀ ਹੁੰਦੀ, ਪੈਸੇਂਜਰ ਸਵਾਰੀਆਂ ਵਾਲੀ ਗੱਡੀ ਹੁੰਦੀ ਬਾਈ ਜੀ, ਇਹ ਤਾਂ ਮਾਲ ਗੱਡੀ ਬਹੁਤ ਨੁਕਸਾਨ ਹੋਣਾ ਸੀਗਾ ਜੀ, ਫਿਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਮਨਵਿੰਦਰ ਸਿੰਘ ਟਿਵਾਣਾ। ਇਸ ਸਮੇਂ ਅਸੀਂ ਸਰਹੰਦ ਰੇਲਵੇ ਲਾਈਨ ਦੇ ਉੱਤੇ ਮੌਜੂਦ ਹਾਂ। ਇੱਥੇ ਇੱਕ ਬਹੁਤ ਹੀ ਖਤਰਨਾਕ ਰੇਲ ਹਾਦਸਾ ਵਾਪਰ ਰਿਹਾ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ, 2 ਮਾਲ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ। ਇੰਨਾ ਜ਼ਬਰਦਸਤ ਇਹ ਹਾਦਸਾ ਸੀਗਾ ਕਿ ਡੱਬੇ ਨੇ ਇੰਜਣਾਂ ਇੱਕ ਦੂਜੇ ਡੱਬਿਆਂ ਦੇ ਉੱਤੇ ਚੜ੍ਹ ਗਿਆ। ਕੋਲੇ ਦੀ ਭਰੀ ਵੀ ਮਾਲ ਗੱਡੀ ਸੀਗੀ ਸਰਹੰਦ ਦੇ ਵਿੱਚ। ਇਹ ਬਹੁਤ ਵੱਡਾ ਹਾਦਸਾ ਹੈ ਜਿਹੜਾ ਵਾਪਰਿਆ, ਇਹ ਬਹੁਤ ਹੀ ਭਿਆਨਕ ਹਾਦਸਾ ਹੈ। ਸੋ ਰੇਲਵੇ ਕਰਮਚਾਰੀ ਨੇ ਜਿਹੜੇ ਲਾਈਨਾਂ ਕਲੀਅਰ ਕਰਨ ਦੇ ਲਈ ਉਹਨਾਂ ਵੱਲੋਂ ਮਸ਼ੀਨਾਂ ਹੋਰ ਜਿਹੜਾ ਯੰਤਰ ਆ ਤੰਤਰ ਆ ਉਹ ਲਗਾਇਆ ਗਿਆ ਹੈ ਤਾਂ ਕਿ ਕਲੀਅਰ ਕੀਤਾ ਜਾਵੇ, ਸਾਰਾ ਸਾਫ਼ ਕੀਤਾ ਜਾਵੇ। ਪਰ ਹਾਦਸਾ ਬਹੁਤ ਖਤਰਨਾਕ ਆ। ਲਵੇ ਪਿੰਡ ਵਾਸੀ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਵਰਿੰਦਰ ਸਿੰਘ ਹੈ ਜੀ। ਵਰਿੰਦਰ ਸਿੰਘ ਜੀ, ਕਿਹੜਾ ਪਿੰਡ ਹੈ ਜੀ ਇਹ ਨਾਲ? ਬਿਲਕੁਲ, ਇਹ ਕੋਟਲਾ ਭਾਈ ਦਾ ਜੀ। ਕੋਟਲਾ ਭਾਈ ਕਾ, ਇਹ ਕਿੱਦਾਂ ਜੀ, ਕਿੰਨੇ ਵਜੇ ਦਾ ਵਾਕਿਆ ਹੈ, ਤੁਹਾਨੂੰ ਪਤਾ ਲੱਗਿਆ ਕੁਛ? ਨੇੜੇ ਹੋ ਰਹਿੰਦੇ ਹੋ ਤੁਸੀਂ? ਹਾਂਜੀ ਹਾਂਜੀ, ਇੱਥੇ ਨੇੜੇ ਆਪਾਂ 3:30 ਦੇ ਗੇਟ 'ਚ ਹੋਇਆ, 3:30-4 ਦੇ ਵਿੱਚ ਵਿੱਚ ਜੀ ਇਹ ਜੀ। ਉਸ ਟਾਈਮ ਮੈਂ ਖੜਾਕਾ ਹੀ ਹੋਇਆ ਬਹੁਤ ਜ਼ਿਆਦਾ। ਇਹ ਪਰਸੋਂ ਵੀ ਇੱਕ ਦਿਨ ਟ੍ਰੇਨ ਉੱਤਰ ਗਈ ਸੀ ਉੱਥੇ ਪਿੱਛੇ ਥੋੜ੍ਹੀ ਜੀ, ਪਰੜੀ ਤੋਂ ਥੱਲੇ ਉੱਤਰੀ ਸੀ ਬਾਈ, ਕਿਤੇ ਫੇਰ ਕੋਈ ਉੱਤਰ ਗਈ ਅੱਜ ਉਹ। ਪਰ ਖੜਾਕੇ ਬਾਅਦ ਫਿਰ ਸਵੇਰੇ ਸਾਨੂੰ ਪਤਾ ਲੱਗਿਆ 6 ਵਜੇ ਵੀ ਇਹ ਤਾਂ ਟ੍ਰੇਨ। ਖੜਾਕਾ ਕਿੰਨਾ ਕੁ ਹੋਇਆ? ਖੜਾਕਾ ਤਾਂ ਬਹੁਤ ਜ਼ਿਆਦਾ ਹੋਇਆ, ਕਿਰਦਾ ਪੂਰੇ ਜ਼ੋਰ ਨਾਲ ਵੀ ਚੰਗੇ ਜ਼ੋਰ ਨਾਲ ਵੱਜੀ ਹੈ ਕੋਈ ਚੀਜ਼। ਤੁਸੀਂ ਕੀ ਸੋਚਿਆ ਜਦੋਂ ਖੜਾਕਾ ਸੁਣਿਆ? ਬਾਈ ਤਾਂ ਵੈਸੇ ਦੇਖਿਆ ਵੀ ਕਿਤੇ ਜਿਵੇਂ ਕਿਤੇ ਟ੍ਰੇਨ ਟਰੂਨ ਜਾਂ ਫੇਰ ਕੇ ਝਟਕਾ ਵੱਜਿਆ ਜਾਂ ਥੱਲੇ ਉੱਤਰੀ ਜਾਂ ਕੁਛ ਹੋਇਆ ਵੀ ਇੱਦਾਂ ਦਾ ਕੁਛ, ਐਡੀ ਜਿਵੇਂ ਗੌਰ ਜੀ ਨਹੀਂ ਕੀਤੀ, ਕਿੰਨੇ ਰੋਲੇ ਰੱਪੇ ਦਾ ਪਤਾ ਲੱਗ ਜਾਂਦਾ ਜਦੋਂ ਸਵਾਰੀ ਗੱਡੀ ਹੁੰਦੀ, ਰੋਲਾ ਪੈ ਜਾਂਦਾ। ਫਿਰ ਉਹ ਜਾਣੀ ਕਿ ਜਿਵੇਂ ਖੜਾਕਾ ਹੋਇਆ, ਫਿਰ ਉੱਥੇ ਜਾਣੀ ਕਿ ਉਸ ਤੋਂ ਬਾਅਦ ਫਿਰ ਜਿਵੇਂ ਆਪਣੇ ਕੰਮਾਂ ਕਰਦੇ ਅੰਦਰ ਪੈ ਪੂਗੇ ਵੀ ਇੱਕਦਮ ਐਂ ਲੱਗੇ ਝਟਕਾ ਜਿਹਾ ਪੂਰਾ ਜ਼ੋਰ ਨਾਲ ਪਿਆ ਇੱਥੇ। ਪਰ ਬਚਾ ਰਹਿ ਗਿਆ, ਅਤੇ ਪਿੱਛੋਂ ਸਵਾਰੀ ਟ੍ਰੇਨ ਵੀ ਆਉਂਦੀ ਸੀ, ਇੱਧਰ ਵੀ ਆ ਰਹੀ ਸੀ, ਚਲੋ ਕੁਦਰਤੀ ਖੜ ਗਈਆਂ। ਅੱਛਾ, ਸਵਾਰੀਆਂ ਵਾਲੀ ਪੈਸੇਂਜਰ ਟ੍ਰੇਨ ਸੀਗੀ ਜਿਹੜੀ? ਉਹ ਉਹ ਤਾਂ ਪਿੱਛੋਂ ਆ ਰਹੀਆਂ ਸੀ ਸੁਪਰ ਫਾਸਟ, ਪਿੱਛੇ ਰੁਕ ਗਈਆਂ। ਹਾਂ, ਰੁਕ ਗਈਆਂ ਦੇਖ ਕੇ ਪਤਾ ਲੱਗ ਗਿਆ। ਪਤਾ ਲੱਗ ਗਿਆ ਜਦੋਂ ਜਿਵੇਂ ਤਾਰ ਟੁੱਟ ਗਈ ਨਾ, ਤਾਰ ਟੁੱਟਣਾ ਸਿਗਨਲ, ਫਿਰ ਲਾਈਟ ਬੰਦ ਹੋ ਗਈ ਨਾ ਸਾਰੀ। ਕਿਸ ਤਰ੍ਹਾਂ ਦੇਖਦੇ ਹੋ, ਬਹੁਤ ਜ਼ਬਰਦਸਤ ਟੱਕਰ ਸੀਗੀ, ਡੱਬੇ ਇੰਜਣ ਇੱਕ ਦੂਜੇ ਦੇ ਉੱਪਰ ਚੜੇ ਪਏ ਨੇ। ਇਹ ਮਾਲ ਇਹਦੇ ਡੱਬੇ ਥੱਲੇ ਉੱਤਰ ਗਏ ਨਾ, ਕੋਲੇ ਵਾਲੀ ਗੱਡੀ 'ਚ ਥੱਲੇ ਉੱਤਰੀ ਹੈ, ਫਿਰ ਉੱਧਰੋਂ ਇੰਜਣ ਆਉਂਦੇ, ਇੰਜਣ ਫਿਰ ਵਿੱਚ ਵੱਜਿਆ ਉਹਦੇ ਗੱਡੀ ਦੇ, ਉਹਦੇ ਨਾਲ ਉਹਦੇ ਵਿੱਚ ਵੱਜਣ ਕਰਕੇ ਫਿਰ ਨੁਕਸਾਨ ਜ਼ਿਆਦਾ ਇਹ ਹੋਇਆ ਹੈ ਜੀ। ਇਹ ਤਾਂ ਚਲੋ ਵਿਚਾਰ ਹੈਗਾ ਜੀ, ਬਹੁਤ ਜ਼ਿਆਦਾ, ਨਹੀਂ ਤਾਂ ਕੋਈ ਸਵਾਰੀ ਗੱਡੀ ਹੁੰਦੀ ਤਾਂ ਬਹੁਤ ਵੱਡਾ, ਬਹੁਤ ਵੱਡਾ ਨੁਕਸਾਨ, ਬਹੁਤ ਵੱਡਾ ਨੁਕਸਾਨ ਹੋ ਸਾਈ। ਇਹ ਤਾਂ ਸਾਹਿਬਜ਼ਾਦੇ ਨੇ ਧਰਤੀਆਂ ਮਾਰਨ ਨੇ ਬਹੁਤ ਹੱਥ ਦੇ ਕੇ ਰੱਖ ਲਿਆ ਜੀ ਜੀ। ਤੁਸੀਂ ਫਿਰ ਸਵੇਰੇ ਕਿੰਨੇ ਵਜੇ ਦੇਖਿਆ ਇੱਥੇ ਆ ਕੇ? ਅਸੀਂ ਇੱਥੇ ਆਏ 6 ਵਜੇ ਆਏ ਇੱਥੇ। ਉਦੋਂ ਕੀ ਹਾਲਾਤ ਸੀਗੇ, ਕਿੱਦਾਂ? ਇੱਦਾਂ ਹੀ ਸੀ ਉਦੋਂ, ਯਾਨੀ ਕਿ ਉਸ ਟਾਈਮ ਲੋਕਲ ਤਾਂ ਹੈਗਾ ਇੱਥੋਂ
ਪਹੁੰਚ ਗਏ ਸਾਰੇ ਡਰਾਈਵਰ ਸੀ ਉਹਨਾਂ ਨੂੰ ਲੈ ਲੂ ਗਏ ਸੀ ਇੱਥੋਂ ਠੀਕ ਸੀਗੇ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ 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 ਬਚਾਏ ਜਾਣ ਕੇ ਦੋ ਤਾਂ ਥੋੜ੍ਹੇ ਹੈਗੇ ਸੱਟਾਂ ਜਿਹੀਆਂ ਕਾਫੀ ਇਹਨਾਂ ਨੂੰ ਪਰ ਲੈ ਗਏ ਸੀ ਉਸ ਟਾਈਮ ਤੋਂ ਸਾਡੇ ਤੋਂ ਪਹਿਲਾਂ ਲੈ ਗਏ ਸੀ ਇਹਨਾਂ ਨੂੰ ਹਾਂਜੀ ਹੁਣ ਪ੍ਰਸ਼ਾਸਨ ਜਿਹੜਾ ਰੇਲਵੇ ਪ੍ਰਸ਼ਾਸਨ ਆ ਇਹਨੂੰ ਕਲੀਅਰ ਕਰਨ ਤੇ ਲੱਗਿਆ ਬਾਈ ਸਾਰਾ ਕੰਮ ਹਾਂਜੀ ਹਾਂ ਕਲੀਅਰ ਕਰਨ ਸਵੇਰ ਤੇ ਲੱਗੇ ਮੈਂ ਤੜਕੇ ਦੀ ਉਸੇ ਟਾਈਮ ਦੇ ਜੀ ਤਾਂ ਬਸ ਕਰ ਦੇਣਾ ਕਲੀਅਰ ਹੋ ਰਹਿਣਾ ਸ਼ਾਮ ਤੱਕ ਤਾਂ ਲੈ ਜਾਣਗੇ ਕਲੀਅਰ ਹੋ ਹੀ ਜਾਣਾ ਕੰਮ ਤਾਂ ਕਾਫੀ ਜ਼ਿਆਦਾ ਹੋ ਗਿਆ ਨਾ ਨੁਕਸਾਨ ਤਾਂ ਬਹੁਤ ਜ਼ਿਆਦਾ ਜੀ ਕਿਸ ਤਰ੍ਹਾਂ ਦੇਖਦੇ ਹੋ ਇਦਾਂ ਦੇ ਹਾਦਸੇ ਵਾਪਰ ਜਾਣੇ ਕੀ ਲੱਗ ਰਿਹਾ ਤੁਹਾਨੂੰ ਕੋਈ ਅਣਗਹਿਲੀ ਆ ਕੀ ਕਾਰਨ ਹੁੰਦਾ ਇਹ ਅਣਗਹਿਲੀ ਤਾਂ ਚਲੋ ਕੀ ਹੋਣੀ ਹੈ ਰੇਲਵੇ ਹੁਣ ਟ੍ਰੈਫਿਕ ਜ਼ਿਆਦਾ ਹੁਣ ਰੇਲਵੇ ਹੁਣ ਜ਼ਿਆਦਾ ਹੁਣ ਚੱਲਦਾ ਕੰਮ ਵੀ ਬਹੁਤ ਜ਼ਿਆਦਾ ਹੋ ਗਿਆ ਹੁਣ ਗੱਡੀ ਦੇ ਉੱਪਰ ਤਾਂ ਗੱਡੀ ਚੱਲਦੀ ਹੈ ਤੇ ਹੁਣ ਕੋਈ ਪਤਾ ਨਹੀਂ ਲੱਗਦਾ ਬਾਕੀ ਤਾਂ ਅਣਹੋਣੀ ਤਾਂ ਐਂ ਹੋ ਜਾਂਦੀ ਹੈ ਕੋਈ ਪਤਾ ਨਹੀਂ ਲੱਗਦਾ ਜੀ ਇਹ ਤਾਂ ਅੱਜ ਕੱਲ੍ਹ ਨਵਾਂ ਸਰਹੰਦ ਸਟੇਸ਼ਨ ਬਣਿਆ ਠੀਕ ਹੈ ਜੀ ਹਾਂਜੀ ਵੀਰ ਜੀ ਆਪਣਾ ਕੀ ਨਾਮ ਹੈ ਜੀ ਸਰਬਜੀਤ ਸਿੰਘ ਜੀ ਸਰਬਜੀਤ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਇਹ ਅਸੀਂ ਵੀ 6 ਕੁ ਵਜੇ ਲੰਘੇ ਸੀ ਇੱਥੋਂ ਉਸ ਟਾਈਮ ਪਤਾ ਲੱਗਿਆ ਜੀ ਇੱਥੇ ਨੇੜੇ ਪਿੰਡ ਆ ਆਪਣਾ ਨਹੀਂ ਸਾਡਾ ਇੱਥੇ ਨਾਲ ਸ਼ੈਲਰ ਹੈ ਸੀ ਉਧਰ ਮੈਂ ਲੇਬਰ ਲੈਣ ਗਿਆ ਸੀਗਾ ਠੀਕ ਹੈ ਤੇ ਮੇਰੇ ਅੰਦਰ ਉਰੇ ਭੀੜ ਬਹੁਤ ਲੱਗੀ ਹੋਈ ਸੀ ਇਸ ਟਾਈਮ ਠੀਕ ਹੈ ਠੀਕ ਹੈ ਸੋ ਨਵਾਂ ਸਰਹੰਦ ਸਟੇਸ਼ਨ ਆ ਤੁਸੀਂ ਦੇਖ ਰਹੇ ਹੋ ਇਹ ਬਣਿਆ ਏ ਸੋ ਮਾਲ ਗੱਡੀਆਂ ਦੀ ਟੱਕਰ ਹੋਈ ਆ ਦੋ ਮਾਲ ਗੱਡੀਆਂ ਆਪਸ ਦੇ ਵਿੱਚ ਭਿੜੀਆਂ ਨੇ ਕਹਿੰਦੇ ਪਹਿਲਾਂ ਡੱਬੇ ਉੱਤਰ ਗਏ ਨੇ ਨੀਚੇ ਤਾਂ ਉਧਰੋਂ ਇੰਜਣ ਆ ਰਿਹਾ ਸੀਗਾ ਉਹਦੀ ਟੱਕਰ ਹੋਈ ਆ ਬਹੁਤ ਜ਼ਬਰਦਸਤ ਟੱਕਰ ਆ ਤੁਸੀਂ ਦੇਖ ਰਹੇ ਹੋ ਜਿਹੜਾ ਰੇਲਵੇ ਵਿਭਾਗ ਦੇ ਕਰਮਚਾਰੀ ਨੇ ਉਹ ਲਾਈਨਾਂ ਕਲੀਅਰ ਕਰਨ ਤੇ ਲੱਗੇ ਹੋਏ ਨੇ ਸੋ ਨਵਾਂ ਸਰਹੰਦ ਸਟੇਸ਼ਨ ਬਣਿਆ ਏ ਉਹਦੇ ਬਿਲਕੁਲ ਲਾਗੇ ਹੀ ਇਹ ਦਿਖਾ ਦਿਓ ਇੱਕ ਵਾਰ ਸਟੇਸ਼ਨ ਸਰਹੰਦ ਨਵਾਂ ਸਟੇਸ਼ਨ ਹੈ ਜਿਹੜਾ ਇੱਥੇ ਜਿਹੜਾ ਹਾਦਸਾ ਇਹ ਵਾਪਰਿਆ ਇਹ ਬਹੁਤ ਜ਼ਬਰਦਸਤ ਟੱਕਰ ਆ ਜਿਹੜੀ ਹੋਈ ਆ ਰੇਲਾਂ ਦੀ ਆਪਸ ਦੇ ਵਿੱਚ ਹਾਲਾਂਕਿ ਪਰਮਾਤਮਾ ਦੀ ਇੰਨੀ ਕਿਰਪਾ ਰਹੀ ਇਹ ਜਿਹੜੀਆਂ ਗੱਡੀਆਂ ਸੀਗੀਆਂ ਮਾਲ ਗੱਡੀਆਂ ਸੀਗੀਆਂ ਪੈਸੇਂਜਰ ਗੱਡੀ ਨਹੀਂ ਸੀ ਜੇ ਪੈਸੇਂਜਰ ਗੱਡੀ ਹੁੰਦੀ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਹੋ ਸਕਦਾ ਸੀ ਤੁਸੀਂ ਦੇਖ ਰਹੇ ਹੋ ਰੇਲਵੇ ਦੇ ਅਧਿਕਾਰੀ ਨੇ ਜਿਹੜੇ ਕਰਮਚਾਰੀ ਨੇ ਜਿਹੜੇ ਉਹ ਮਿਹਨਤ ਕਰ ਰਹੇ ਨੇ ਲਾਈਨ ਕਲੀਅਰ ਕਰਨ ਦੇ ਲਈ ਮਿਹਨਤ ਕੀਤੀ ਜਾ ਰਹੀ ਆ ਬਹੁਤ ਵੱਡਾ ਹਾਦਸਾ ਹੈ ਜਿਹੜਾ ਉਹ ਸਰਹੰਦ ਦੇ ਵਿੱਚ ਵਾਪਰਿਆ ਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਡੀਆਂ ਜਿਹੜੀਆਂ ਹਾਈਡਰੋਲਿਕ ਮਸ਼ੀਨਾਂ ਨੇ ਉਹ ਲਿਆਂਦੀਆਂ ਗਈਆਂ ਨੇ ਇੰਜਣ ਨੂੰ ਚੱਕਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਆ ਅੱਗੇ ਹੋ ਕੇ ਥੋੜ੍ਹਾ ਦਿਖਾ ਦਿਓ ਨੀਚੇ ਦੀ ਆ ਜਾਓ ਇੰਜਣ ਨੂੰ ਚੱਕਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਆ ਲਾਈਨ ਕਲੀਅਰ ਕਰਨ ਦੇ ਲਈ ਜਦੋਂ ਜਹਿਦ ਆ ਜਿਹੜੀ ਉਹ ਚੱਲ ਰਹੀ ਆ ਬਹੁਤ ਵੱਡਾ ਹਾਦਸਾ ਹੈ ਜਿਹੜਾ ਉਹ ਸਰਹੰਦ ਦੇ ਵਿੱਚ ਵਾਪਰਿਆ ਦੋ ਮਾਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਦੇਖ ਰਹੇ ਹੋ ਕਿਸ ਤਰ੍ਹਾਂ ਇੰਜਣ ਹੈ ਜਿਹੜਾ ਉੱਪਰ ਚੜਿਆ ਵਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਹੁਤ ਜ਼ਿਆਦਾ ਜ਼ਬਰਦਸਤ ਟੱਕਰ ਹੈ ਇਹ ਜਿਹੜੀ ਦਿਖਾਈ ਦੇ ਰਹੀ ਆ ਸੋ ਹਾਈਡਰੋਲਿਕ ਮਸ਼ੀਨਾਂ ਦੇ ਨਾਲ ਉਸਨੂੰ ਕਲੀਅਰ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਆ ਸੋ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਾਬੂ ਜੀ ਨਮਸਕਾਰ ਜੀ ਗੱਲ ਕਰ ਸਕਦੇ ਜੀ ਤੁਸੀਂ ਨਹੀਂ ਸਾਨੂੰ ਨਹੀਂ ਅਧਿਕਾਰ ਅਧਿਕਾਰ ਹੈ ਨਹੀਂ ਜੀ ਠੀਕ ਹੈ ਜੀ ਠੀਕ ਹੈ ਜੀ ਕਹਿੰਦੇ ਜੀ ਸਾਨੂੰ ਅਧਿਕਾਰ ਨਹੀਂ ਹੈਗਾ ਸੋ ਰੇਲਵੇ ਦੇ ਅਧਿਕਾਰੀ ਸੀਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿੰਨੀ ਜ਼ਬਰਦਸਤ ਟੱਕਰ ਆ ਇਹ ਲਾਈਨ ਕਲੀਅਰ ਕਰਨ ਦੇ ਲਈ ਜਦੋਂ ਜਹਿਦ ਆ ਜਿਹੜੀ ਉਹ ਕੀਤੀ ਜਾ ਰਹੀ ਆ ਵੱਡੀਆਂ ਹਾਈਡਰੋਲਿਕ ਮਸ਼ੀਨਾਂ ਨੇ ਜਿਹੜੀਆਂ ਇੱਥੇ ਪਹੁੰਚ ਗਈਆਂ ਨੇ ਕੋਲੇ ਦੀ ਭਰੀ ਵੀ ਗੱਡੀ ਸੀਗੀ ਦੇਖ ਰਹੇ ਹੋ ਕੋਲਾ ਵੀ ਪਟੜੀ 'ਤੇ ਖਿਲ ਰਿਹਾ ਪਿਆ ਇਹ ਚਾਰੇ ਪਾਸੇ ਸੋ ਇਲਾਕੇ ਦੇ ਲੋਕ ਨੇ ਜਿਹੜੇ ਦੇਖਣ ਦੇ ਲਈ ਇੱਥੇ ਪਹੁੰਚ ਰਹੇ ਨੇ ਬਹੁਤ ਸਾਰੇ ਵੀਰ ਨੇ ਜਿਹੜੇ ਉਹ ਮਦਦ ਵੀ ਕਰ ਰਹੇ ਨੇ ਨਾਲ ਲੱਗ ਕੇ ਤਾਂ ਕਿ
ਦੇਖੋ ਕਿਸ ਤਰ੍ਹਾਂ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਬਹੁਤ ਹੀ ਭਾਰੀ ਭਰਕਮ ਇਹ ਇੰਜਣ ਆ ਜਿਹੜਾ ਟ੍ਰੇਨ ਦਾ ਤੁਸੀਂ ਦੇਖ ਰਹੇ ਹੋ। ਸੋ ਉਹਨੂੰ ਚੱਕਣ ਦੇ ਲਈ ਜਦੋਂ ਜਹਿਦ ਹੈ ਜਿਹੜੀ ਉਹ ਕੀਤੀ ਜਾ ਰਹੀ ਆ। ਰਸਤੇ ਬਣਾਏ ਜਾ ਰਹੇ ਨੇ ਜੇ ਸੀ ਬੀ ਮਸ਼ੀਨਾਂ ਦੇ ਨਾਲ, ਵੱਡੀਆਂ ਹਾਈਡਰੋਲਿਕ ਮਸ਼ੀਨਾਂ ਇੱਥੇ ਦਿਖਾਈ ਦੇ ਰਹੀਆਂ ਨੇ, ਪ੍ਰਸ਼ਾਸਨਿਕ ਅਧਿਕਾਰੀ ਦਿਖਾਈ ਦੇ ਰਹੇ ਨੇ, ਪਿੰਡਾਂ ਦੇ ਲੋਕ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ। ਰਸਤਾ ਕਲੀਅਰ ਕਰਨ ਦੇ ਲਈ, ਪਟੜੀਆਂ ਕਲੀਅਰ ਕਰਨ ਦੇ ਲਈ ਜਿਹੜਾ ਕੰਮ ਆ ਉਹ ਚੱਲ ਰਿਹਾ। ਦੋਨੇ ਸਾਈਡਾਂ 'ਤੇ ਵੱਡੀਆਂ ਪੋਪਲੈਂਡ ਮਸ਼ੀਨਾਂ ਨੇ ਜਿਹੜੀਆਂ ਉਹ ਕੋਲਾ ਸਾਈਡ 'ਤੇ ਗੱਡੀਆਂ 'ਚ ਭਰ ਕੇ ਭੇਜ ਰਹੇ ਨੇ। ਰਸਤਾ ਕਲੀਅਰ ਕਰਨ ਦੇ ਲਈ ਮਿਹਨਤ ਜਿਹੜੀ ਕੀਤੀ ਜਾ ਰਹੀ ਆ। ਸੋ ਅੱਗੇ ਹੋਰ ਉਹ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਦੇ ਹਾਲਾਤ ਨੇ। ਸੋ ਬਹੁਤ ਹੀ ਜ਼ਬਰਦਸਤ ਟੱਕਰ ਆ ਜਿਹੜੀ ਇੱਥੇ ਹੋਈ ਆ। ਸੋ ਵੀਰ ਨੇ ਲਵੇ ਪਿੰਡ ਭਾਈ ਕਾ ਕੋਟਲਾ, ਉਹ ਕਹਿੰਦੇ ਜੀ ਬਹੁਤ ਜ਼ਿਆਦਾ ਖੜਾਕਾ ਏ ਜਿਹੜਾ ਇੱਥੇ ਸੁਣਾਈ ਦਿੱਤਾ ਏ। 3:30 ਦਾ ਇਹ ਵਾਕਿਆ ਏ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰਮਾਤਮਾ ਦੀ ਕਿਰਪਾ ਰਹੀ ਆ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਇਹ ਧਰਤੀ ਆ, ਉਹਨਾਂ ਦੀ ਕਿਰਪਾ ਰਹੀ ਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਜਿੱਦਾਂ ਦਾ ਇਹ ਹਾਦਸਾ ਸੀਗਾ ਲੱਗ ਰਿਹਾ ਏ ਕਿ ਜਿਹੜੇ ਵਿੱਚ ਡਰਾਈਵਰ ਸੀਗੇ ਜਾਂ ਜਿਹੜੇ ਵੀਰ ਸੀਗੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੋਊਗਾ। ਪਰ ਕਿਰਪਾ ਰਹੀ ਆ ਕਹਿੰਦੇ ਬਾਬਾ ਜ਼ੋਰਾਵਰ, ਬਾਬਾ ਫਤਿਹ ਸਿੰਘ ਦੀ, ਜਾਨੀ ਨੁਕਸਾਨ ਨਹੀਂ ਹੋਇਆ। ਜੇ ਪੈਸੇਂਜਰ ਗੱਡੀ ਹੁੰਦੀ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਹੋ ਸਕਦਾ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਕਰਨੈਲ ਸਿੰਘ ਜੀ। ਕਰਨੈਲ ਸਿੰਘ ਜੀ, ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ? ਇੱਥੇ ਕੋਟਲਾ ਸਲੇਮਾਨ ਦੇ। ਅੱਛਾ ਜੀ, ਕਿੰਨੇ ਕੁ ਵਜੇ ਦਾ ਵਾਕਿਆ ਜੀ? ਇਹ 3:00 ਦਾ ਹੈ ਜੀ। 3:00 ਦਾ ਜੀ? ਹਾਂਜੀ। ਜਦੋਂ ਇਹ ਵਾਕਿਆ ਹੋਇਆ ਜੀ, ਖੜਾਕਾ ਸੁਣਿਆ ਜੀ ਕੋਈ ਪਿੰਡ 'ਚ? ਨਾ, ਸਾਨੂੰ ਕੋਈ ਨਹੀਂ ਸੁਣਿਆ। ਅੱਛਾ ਜੀ, ਤੁਸੀਂ ਕਿੰਨੇ ਵਜੇ ਦੇਖਿਆ ਜੀ? ਸਾਨੂੰ ਤਾਂ 7:00 ਪਤਾ ਲੱਗਿਆ ਜੀ। ਅੱਛਾ, 7:00 ਪਤਾ ਲੱਗਿਆ ਜੀ। ਫਿਰ ਤੁਸੀਂ ਕੀ ਦੇਖਿਆ ਜੀ? ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇੱਥੇ? ਪਤਾ ਨਹੀਂ, ਇਹ ਲੈ ਗਏ ਸੀ ਚੰਨ ਸਾਈਡ ਤੋਂ ਪਹਿਲਾਂ। ਦੇਖਿਆ ਜਾਵੇ ਬਹੁਤ ਜ਼ਬਰਦਸਤ ਟੱਕਰ ਆ ਜੀ, ਇੰਜਣ ਉੱਪਰ ਚੜੇ ਪਏ ਨੇ। ਇਹਦਾ ਖਾਲੀ ਕਰਤਾ ਹੀ ਪਈ ਹੈ ਥੱਲੇ ਜਮਾਂ ਹੀ। ਹਾਂਜੀ ਹਾਂਜੀ, ਜੇ ਪੈਸੇਂਜਰ ਗੱਡੀ ਹੁੰਦੀ ਬਹੁਤ ਵੱਡਾ ਨੁਕਸਾਨ ਹੋ ਸਕਦਾ। ਫੇਰ ਤਾਂ ਬਹੁਤ ਜ਼ਿਆਦਾ, ਇਹ ਪਰਮਾਤਮਾ ਦੀ ਮਰਜ਼ੀ ਹੈ ਜੀ। ਹਾਂਜੀ, ਆ ਪੁਲ ਪਾਰ ਕਰਕੇ ਜੇਲ੍ਹ ਰੁਕੀ ਹੈ। ਹਾਂਜੀ, ਆ ਜਿਹੜੀਆਂ ਤਾਰ ਦਾ ਕਰੰਟ ਦਾ ਸੰਪਰਕ ਟੁੱਟ ਗਿਆ ਨਾ, ਜਦੋਂ ਪੈਸੇਂਜਰ ਗੱਡੀਆਂ ਫੇਰ ਰੁਕੀਆਂ ਨੇ ਨਾ, ਜੇਲ੍ਹ ਐਕਸਪ੍ਰੈਸ ਆ ਰਹੀ ਸੀ ਉਹ ਰੁਕੀ ਹੈ, ਸੁਪਰਫਾਸਟ ਹੈ ਜੀ ਉਹਦਾ ਜੀ। ਉਹਦਾ ਪੁਲ ਤੋਰਾ ਜਿਹੜਾ ਇਹਦਾ ਇਲੈਕਟ੍ਰਿਕ ਦਾ ਉਹ ਕਨੈਕਸ਼ਨ ਕੱਟਿਆ ਗਿਆ, ਤਾਂ ਕਰਕੇ ਰੁਕ ਗਈ ਉਹ, ਨਹੀਂ ਤਾਂ ਉਹ ਆ ਕੇ ਵੱਜਣੀ ਸੀ ਵਿੱਚ ਜੀ ਜੀ। ਇਹ 2 ਦਿਨ ਪਹਿਲਾਂ ਵੀ ਕਹਿੰਦੇ ਪਿੱਛੇ ਹੋਇਆ, ਪਿੱਛੇ ਹੋਇਆ। ਹਾਂ, ਉਹ ਇਹਨਾਂ ਨੇ 2 ਦਿਨ ਪਹਿਲਾਂ ਹੋਇਆ। ਹਾਂ ਹਾਂ, 2 ਦਿਨ ਪਹਿਲਾਂ ਹੋਇਆ। ਅੱਛਾ, ਉਦੋਂ ਵੀ ਕਹਿੰਦੇ ਪਟੜੀ ਤੋਂ ਉਤਰ ਗਈ ਸੀ ਮਾਲ ਗੱਡੀ ਦੇ। ਠੀਕ ਹੈ, ਜੇ ਉਹ ਅਣਗਹਿਲੀ ਹੋਈ ਇਹਨਾਂ ਦੀ ਜਦੋਂ 2 ਦਿਨ ਪਹਿਲਾਂ ਹੋਇਆ, ਤੁਸੀਂ ਇਹਨਾਂ ਨੂੰ ਵੀ ਚੈੱਕ ਕਰੋ ਅੱਗੇ ਆਪਣਾ। ਇਹ ਤਾਂ ਬਹੁਤ ਵੱਡੀ ਅਣਗਹਿਲੀ ਇਹਨਾਂ ਦੀ। ਜੇ ਮਾਲ ਗੱਡੀ ਹੁੰਦੀ, ਪੈਸੇਂਜਰ ਸਵਾਰੀਆਂ ਵਾਲੀ ਗੱਡੀ ਹੁੰਦੀ ਬਾਈ ਜੀ, ਇਹ ਤਾਂ ਮਾਲ ਗੱਡੀ ਬਹੁਤ ਨੁਕਸਾਨ ਹੋਣਾ ਸੀਗਾ ਜੀ, ਫਿਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਜੀ। ਸੋ ਇਹ ਦੇਖ ਰਹੇ ਹੋ ਕਹਿੰਦੇ 2 ਦਿਨ ਪਹਿਲਾਂ ਵੀ ਇੱਥੇ ਗੱਡੀ ਆ ਜਿਹੜੀ ਮਾਲ ਗੱਡੀ ਉਹ ਪਟੜੀ ਤੋਂ ਉਤਰੀ ਆ, ਪਰ ਕਿਤੇ ਨਾ ਕਿਤੇ ਕਹਿੰਦੇ ਅਣਗਹਿਲੀ ਆ, ਜਾਂਚ ਨਹੀਂ ਕੀਤੀ ਗਈ, ਉਹਦੇ ਕਾਰਨ ਇਹ ਹਾਦਸਾ ਹੈ ਜਿਹੜਾ ਵਾਪਰਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ, ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਹਾਂਜੀ ਬਾਈ ਜੀ, ਵਾਹਿਗੁਰੂ ਜੀ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸ ਤਰ੍ਹਾਂ ਦੇਖਦੇ ਹੋ ਜੀ ਜਿਹੜਾ ਇਹ ਹਾਦਸਾ ਵਾਪਰਿਆ, ਬਹੁਤ ਜ਼ਬਰਦਸਤ ਟੱਕਰ ਹੈ? ਬਸ ਇਹ ਕਹਿ ਲਓ ਵੀ ਪਰਮਾਤਮਾ ਦਾ ਬਚਾਓ ਹੀ ਰਹਿ ਗਿਆ ਇਹ ਮਾਲ ਗੱਡੀਆਂ ਦੀਆਂ, ਸਵਾਰੀਆਂ ਵਾਲੀਆਂ ਗੱਡੀਆਂ ਨਹੀਂ ਦੀਆਂ। ਹਾਲਾਂਕਿ ਜਿਵੇਂ ਕਿ ਰੇਲਵੇ ਪ੍ਰਸ਼ਾਸਨ ਵਾਲੇ ਦੱਸਦੇ ਨੇ ਵੀ ਡਰਾਈਵਰ ਵੀ ਹਸਪਤਾਲ 'ਚ ਪਹੁੰਚਾਏ ਗਏ ਨੇ, ਸੱਟਾਂ ਲੱਗੀਆਂ। ਠੀਕ ਹੈ, ਸ਼ਾਇਦ ਇੱਕ ਇੰਜਣ ਵਾਲਾ ਜਿਸ ਤਰ੍ਹਾਂ ਉਹ ਇੰਜਣ ਚੜਿਆ ਹੋਇਆ, ਉਹਦਾ ਡਰਾਈਵਰ ਤਾਂ ਘੱਟ ਜ਼ਖਮੀ ਹੋਊਗਾ, ਪਰ ਇਹਦੀ ਫਰੰਟ ਤੋਂ ਜਿਵੇਂ ਟੱਕਰ ਆ, ਦੋਏ ਇੰਜਣ ਨੇ ਬਾਈ ਜੀ, ਉਹ ਵੀ ਇੰਜਣ ਹੈ ਵੀ, ਉਹ ਵੀ ਰੇਲਵੇ ਦਾ ਇੰਜਣ ਹੈ ਵੀ ਆ ਜੀ, ਆਮੋ ਸਾਹਮਣੇ ਟੱਕਰ ਹੋਈ ਆ, ਆਮੋ ਸਾਹਮਣੇ ਟੱਕਰ ਹੋਈ ਆ। ਹਾਂ, ਇਹ ਇਹੀ ਲੱਗਦਾ ਵੀ ਬਾਕੀ ਕੀ ਕਾਰਨ ਆ ਇਹ ਤਾਂ ਹੁਣ ਜਾਂਚ ਤੋਂ ਬਾਅਦ ਪ੍ਰਸ਼ਾਸਨ ਹੀ ਦੱਸ ਸਕਦਾ ਜੀ।
ਜੇ ਬਾਈ ਜੀ ਪੈਸੇਂਜਰ ਗੱਡੀਆਂ ਹੁੰਦੀਆਂ, ਸਵਾਰੀਆਂ ਵਾਲੀਆਂ ਗੱਡੀਆਂ ਹੁੰਦੀਆਂ, ਬਹੁਤ ਜ਼ਿਆਦਾ ਨੁਕਸਾਨ, ਫਿਰ ਸੈਂਕੜੇ ਜਾਂ ਹਜ਼ਾਰਾਂ ਦਾ ਨੁਕਸਾਨ ਮੰਨ ਸਕਦੇ ਹਾਂ ਜੀ ਆਪਾਂ, ਇੰਨਾ ਲਾਜ਼ਮੀ ਤਾਂ, ਕਿਉਂਕਿ ਤੁਸੀਂ ਇਸਦੀ ਪਰਲੀ ਸਾਈਡ ਜਾ ਕੇ ਦੇਖੋ ਅਤੇ ਉੱਥੇ ਕੋਲ ਗੱਡੀਆਂ ਦਾ ਕੋਲਾ ਕਿਵੇਂ ਖਿੰਡਿਆ ਵਾ, ਡੱਬੇ ਕਿਵੇਂ ਖਿੰਡੇ ਵੇ ਨੇ, ਉੱਧਰੋਂ ਅੰਦਾਜ਼ਾ ਲਾਇਆ ਜਾ ਸਕਦਾ। ਇਹ ਤਾਂ ਫਿਰ ਸ਼ਹੀਦਾਂ ਦੀ ਧਰਤੀ ਆ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਕਿਰਪਾ ਹੋ ਗਈ, ਜਿਹੜਾ ਕੋਈ ਵੱਡਾ ਨੁਕਸਾਨ ਨਹੀਂ, ਜਾਨੀ ਨੁਕਸਾਨ ਨਹੀਂ ਹੋਇਆ। ਪਰਮਾਤਮਾ ਤਾਂ ਜਿੰਨਾ ਹੋ ਸਕੇ ਵੀਰੇ ਮਤਲਬ ਵੀ ਬਚਾਓ ਰੱਖਦਾ, ਪਰ ਕਈ ਵਾਰ ਬੰਦੇ ਦੀਆਂ ਗਲਤੀਆਂ ਹੀ ਐਡੀਆਂ ਹੋ ਜਾਂਦੀਆਂ ਨੇ, ਉਹ ਨੁਕਸਾਨ ਝੱਲਣਾ ਪੈ ਜਾਂਦਾ। ਜੀ ਜੀ, ਗਲਤੀ ਤਾਂ ਕਿਤੇ ਨਾ ਕਿਤੇ ਬੰਦੇ ਦੀ ਹੋਈ ਹੋਣੀ, ਕੋਈ ਹਿਊਮਨ ਐਰਰ ਹੋਊਗੀ। ਸੋ ਬਹੁਤ ਜ਼ਬਰਦਸਤ ਟੱਕਰ ਆ ਵੀਰ, ਕਹਿੰਦੇ ਕਿਤੇ ਨਾ ਕਿਤੇ ਗਲਤੀ ਆ ਜਿਹੜੀ ਉਹ ਬੰਦੇ ਤੋਂ ਹੀ ਹੁੰਦੀ ਆ, ਪਰਮਾਤਮਾ ਫਿਰ ਵੀ ਬਚਾਓ ਰੱਖਦਾ ਏ, ਪਰ ਬਹੁਤ ਵੱਡਾ ਬਚਾਓ ਆ ਜਿਹੜਾ ਇੱਥੇ ਹੋਇਆ ਏ। ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਸਾਈਡ ਤੋਂ, ਕਿਸ ਤਰ੍ਹਾਂ ਰੇਲਵੇ ਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਵੇ ਨੇ। ਸੋ ਰੇਲਵੇ ਅਧਿਕਾਰੀ ਨੇ ਜਿਹੜੇ ਲਾਈਨ ਕਲੀਅਰ ਕਰਨ ਦੇ ਵਿੱਚ ਲੱਗੇ ਹੋਏ ਨੇ, ਕੰਮ ਚੱਲ ਰਿਹਾ ਏ। ਜੇ ਸੀ ਬੀ ਮਸ਼ੀਨਾਂ, ਪੋਪਲੈਂਡ ਮਸ਼ੀਨਾਂ ਅਤੇ ਵੱਡੀਆਂ ਹਾਈਡਰੋਲਿਕ ਮਸ਼ੀਨਾਂ ਨੇ ਜਿਹੜੀਆਂ ਉਹ ਇੱਥੇ ਪਹੁੰਚ ਚੁੱਕੀਆਂ ਨੇ ਲਾਈਨ ਕਲੀਅਰ ਕਰਨ ਦੇ ਲਈ। ਤੁਸੀਂ ਦੇਖ ਰਹੇ ਹੋ ਉੱਪਰ ਉਸਨੂੰ ਜਿਹੜਾ ਟੋਚਨ ਪਾਇਆ ਜਾ ਰਿਹਾ ਏ ਹਾਈਡਰੋਲਿਕ ਮਸ਼ੀਨ ਨਾਲ ਚੱਕਣ ਦੇ ਲਈ, ਉਸ ਨੂੰ ਕਲੀਅਰ ਕੀਤਾ ਜਾ ਰਿਹਾ ਏ। ਤੁਸੀਂ ਦੇਖ ਰਹੇ ਹੋ ਤਸਵੀਰਾਂ, ਇਹ ਇੰਜਣ ਆ ਜੀ ਰੇਲਵੇ ਦਾ, ਤੁਸੀਂ ਦੇਖੋ ਬਿਲਕੁਲ ਅੱਗਿਓਂ ਨਸ਼ਟ ਹੋ ਚੁੱਕਿਆ ਏ ਇਸਦਾ ਸਾਰਾ ਸਿਸਟਮ। ਭਾਰਤੀ ਰੇਲਵੇ ਦੀਆਂ ਦੋ ਮਾਲ ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ, ਕਹਿੰਦੇ ਪਟੜੀ ਤੋਂ ਉਤਰਨ ਦੇ ਕਾਰਨ ਇਹ ਜਿਹੜਾ ਵੱਡਾ ਹਾਦਸਾ ਏ ਉਹ ਵਾਪਰਿਆ ਏ। ਸਰਹੰਦ ਦੇ ਵਿੱਚ, ਸਰਹੰਦ ਨਵਾਂ ਰੇਲਵੇ ਸਟੇਸ਼ਨ ਬਣਿਆ ਜਿਹੜਾ, ਉੱਥੇ ਹਾਦਸਾ ਵਾਪਰਦਾ ਏ। ਸੋ ਉਹਨੂੰ ਕਲੀਅਰ ਕਰਨ ਦੇ ਲਈ ਹੁਣ ਜੱਦੋ ਜਹਿਦ ਆ ਜਿਹੜੀ ਉਹ ਰੇਲਵੇ ਅਧਿਕਾਰੀਆਂ ਵੱਲੋਂ ਵੱਡੀਆਂ ਮਸ਼ੀਨਾਂ ਹਾਈਡਰੋਲਿਕ ਮਸ਼ੀਨਾਂ ਮੰਗਾ ਕੇ ਉਹ ਕੀਤੀ ਜਾ ਰਹੀ ਆ, ਹੁਣ ਚੱਕਣ ਦੀ ਕੋਸ਼ਿਸ਼ ਕੀਤੀ ਜਾਊਗੀ, ਕਿਉਂਕਿ ਅੱਗੇ ਟੋਚਣਾ ਜਿਹੜਾ ਪੈ ਚੁੱਕਿਆ ਤੁਸੀਂ ਦੇਖਿਓ, ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਬਹੁਤ ਹੀ ਭਾਰੀ ਭਰਕਮ ਇਹ ਇੰਜਣ ਆ ਰੇਲ ਦਾ, ਜਿਹਨੂੰ ਹੁਣ ਚੱਕਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ। ਦੂਜੀ ਹਾਈਡਰੋਲਿਕ ਮਸ਼ੀਨ ਵੀ ਅੱਗੇ ਵੱਧ ਰਹੀ ਆ, ਸੋ ਉਹਨੂੰ ਚੱਕਿਆ ਜਾ ਰਿਹਾ ਏ। ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਇੱਥੇ ਰੇਲਵੇ ਦਾ ਹੋਇਆ ਦਿਖਾਈ ਦੇ ਰਿਹਾ ਏ। ਸਾਈਡ 'ਤੇ ਕੀਤਾ ਜਾ ਰਿਹਾ ਏ, ਲਾਈਨ ਕਲੀਅਰ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ। ਇੰਜਣ ਤੋਂ ਦੂਰ ਰਹਿਣ ਦੇ ਲਈ ਜਿਹੜੀ ਅਨਾਊਂਸਮੈਂਟ ਆ ਉਹ ਕੀਤੀ ਜਾ ਰਹੀ ਆ। ਸੋ ਇਹ ਹਾਦਸਾ ਵਾਪਰਿਆ ਜੀ ਸਰਹੰਦ ਦੇ ਵਿੱਚ, ਨਵਾਂ ਰੇਲਵੇ ਸਟੇਸ਼ਨ ਆ ਜਿਹੜਾ ਉੱਥੇ। ਫਿਲਹਾਲ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ, ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਕੈਮਰਾਮੈਨ ਨਰਭੈ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਫਤਿਹਗੜ੍ਹ ਸਾਹਿਬ।